ਕਰਮਾ ਫੈਸ਼ਨਸ ਸ਼ੋਰੂਮ ਇੱਥੇ ਹੈ ਜੀ ਸਾਡੇ ਸ਼ਹਿਰ ਦੇ ਵਿੱਚ, ਜਿਹਨਾਂ ਨੂੰ ਕਿ ਇੱਕ ਲੈਟਰ ਮਿਲੀ ਸੀ, ਜਿਹਦੇ ਵਿੱਚ ਕ੍ਰੈਡਿਟ ਮਿਲੀ ਸੀ ਔਰ ACP ਕਿਰਾਏ ACP ਸੈਂਟਰ ਅਤੇ ACP ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਸਾਡੇ ਹੈਗੇ ਸੀ, ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਲੰਧਰ ਦੇ ਇੱਕ ਕੱਪੜਾ ਵਪਾਰੀ ਨੂੰ ਕੁਝ ਦਿਨ ਪਹਿਲਾਂ ਚਿੱਠੀ ਦੇ ਨਾਲ ਇੱਕ ਗੋਲੀ ਮਿਲੀ ਸੀ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਜਲੰਧਰ ਪੁਲਿਸ ਨੇ ਹੱਲ ਕੀਤਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾਣ ਵਾਲੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਫੜੇ ਗਏ ਗੈਂਗਸਟਰਾਂ ਦੇ ਵਿੱਚੋਂ 3 ਨਜਾਇਜ਼ ਪਿਸਤੌਲ, 10 ਕਾਰਤੂਸ ਅਤੇ 4 ਮੈਗਜ਼ੀਨ ਸਮੇਤ ਵਾਹਨ ਵੀ ਬਰਾਮਦ ਕੀਤੇ ਨੇ। ਉਧਰ ਉਹਨਾਂ ਕਿਹਾ ਕਿ ਜੋ ਚਿੱਠੀ ਭੇਜੀ ਗਈ ਸੀ ਉਸ ਦੇ ਵਿੱਚ LB ਅਤੇ GB ਦੇ ਨਾਮ ਤੋਂ ਫਿਰੌਤੀ ਮੰਗੀ ਗਈ ਸੀ। ਉਧਰ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਜੀ ਕਰਮਾ ਫੈਸ਼ਨਸ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ, ਜਿਹਨਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਨਸਮ ਵਾਸਤੇ ਲਿਖਿਆ ਹੋਇਆ ਸੀ। ਉਸ ਕੇਸ ਨੂੰ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ। ADCP ਇਨਵੈਸਟੀਗੇਸ਼ਨ ਸਾਹਿਬ ਦੀ ਰਹਿਨੁਮਾਈ ਹੇਠ ACP ਕ੍ਰਾਈਮ, ACP ਸੈਂਟਰਲ ਅਤੇ ACP ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਸਾਡੇ ਹੈਗੇ ਇੰਦਰਜੀਤ, ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਜਿਹਦੀ ਤੁਸੀਂ ਦੇਖ ਹੀ ਲਿਆ। ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ, ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ। ਸੰਜੇ ਹੈ, ਇੱਕ ਦੀਪਕ ਹੈ, ਇੱਕ ਗਜਿੰਦਰ ਹੈ, ਰਾਧੇ ਹੈ, ਅਭਿਸ਼ੇਕ ਗਿੱਲ ਹੈ, ਪੱਪੂ ਹੈ, ਮਨੋਜ ਹੈ, ਦੀਪਕ ਹੈ। ਨਹੀਂ ਨਹੀਂ, ਇਹ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਫਿਰੌਤੀ ਮੰਗੀ ਜੀ, ਕੋਈ ਇਸ ਤਰ੍ਹਾਂ ਦਾ ਲਿੰਕ ਨਹੀਂ ਆਇਆ ਇਹਦਾ। ਉਹ ਇਨਵੈਸਟੀਗੇਸ਼ਨ ਮਾਸਟਰ ਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਹਨਾਂ ਨੇ ਡਿਲੀਵਰ ਕੀਤਾ ਸੀ, ਉਹ ਤਾਂ ਮਨੋਜ ਐਂਡ ਰਾਧੇ ਸੀਗੇ ਜੀ। ਰਾਧੇ ਜਿਹੜੇ ਦੋ ਬੰਦੇ ਵੈਪਨ ਤੇ ਇਹਨਾਂ ਨੇ ਬਾਹਰੋਂ ਮੰਗਾਏ ਜੀ। ਬਾਹਰੋਂ ਮੀਨਸ ਦੋ ਤਾਂ ਪਾਕਿਸਤਾਨੀ ਨੇ, ਇੱਕ ਉਹ ਬਟ ਇਹਨਾਂ ਦੇ ਲੇਟ ਹੈ ਇੱਥੋਂ ਗੰਗਾਨਗਰ ਸਾਈਡ ਤੋਂ ਨੇ, ਠੀਕ ਹੈ ਜੀ। ਔਰ ਕਿਸੇ ਜਿਹੜੇ ਬੰਦਿਆਂ ਤੋਂ ਲਏ ਨੇ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿੱਥੋਂ ਲਏ ਕਿਵੇਂ ਲਏ ਉਹ ਅਸੀਂ ਟਰੈਕ ਕਰਾਂਗੇ। ਨਹੀਂ, ਇਹਨਾਂ ਦੀ ਬੈਕਗ੍ਰਾਊਂਡ ਕੋਈ ਐਜ ਸੱਚ ਕ੍ਰਿਮੀਨਲ ਨਹੀਂ ਹੈਗੀ। ਫਸਟ ਟਾਈਮ ਮੰਗੀ ਹੈ, ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ 'ਚ ਔਰ ਇਹ ਇਹੋ ਜਿਹੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਕ੍ਰੈਕ ਨਾ ਹੁੰਦਾ। ਜੇ ਹੁਣ ਤਫਤੀਸ਼ 'ਚ ਦੇਖਾਂਗੇ ਜੀ, ਪਰ ਹਾਲੇ ਤੱਕ ਕੋਈ ਲਿੰਕ ਨਹੀਂ। ਉਹ ਅਸਲੀ ਸੀਗੀ ਸ਼ਰਮਾ ਜੀ। ਇਹਨਾਂ ਨੇ ਜਿਹੜੀ ਹੈ ਫਿਰੌਤੀ ਮੰਗੀ ਸੀ 50 ਲੱਖ ਰੁਪਏ ਵਾਲੀ, ਇਹ ਜਿਹੜੀ ਇਹਨਾਂ ਨੂੰ ਕੋਈ ਡਾਇਰੈਕਟ ਫੋਨ ਵੀ ਕੀਤਾ ਹੈਗਾ ਜਾਂ ਸਿਰਫ ਚਿੱਠੀ ਗਈ ਸੀ? ਚਿੱਠੀ ਗਈ ਸੀ, ਉਸ ਤੋਂ ਬਾਅਦ ਫੋਨ ਵੀ ਆਇਆ ਸੀ। ਪਹਿਲਾਂ ਫੋਨ ਨਹੀਂ ਕੀਤਾ ਸੀ, ਪਹਿਲਾਂ ਚਿੱਠੀ ਦਿੱਤੀ ਹੈ। ਇਹ ਬੰਦਾ ਕਹਿੰਦਾ ਲਾਸਟ ਦਸੰਬਰ 'ਚ ਵੀ ਇਹਨੂੰ ਫਿਰੌਤੀ ਦੀ ਕਾਲ ਆਈ ਸੀਗੀ, ਉਹ ਇਹੀ ਬੰਦੇ ਨੇ? ਨਹੀਂ, ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੀ, ਉਹ ਹਾਲੇ ਕਲੀਅਰ ਹੋਏਗਾ ਵੀ ਉਹ ਇਹ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ। ਟੋਟਲ 8 ਬੰਦੇ ਹੋ ਰਹੇ, ਇਹ ਹਾਲੇ ਇਨਵੈਸਟੀਗੇਸ਼ਨ ਚਾਹੀਦਾ ਜੀ। ਹੋਰ ਕਿੰਨੇ ਬੰਦੇ ਇਹਨਾਂ ਦੇ ਨਾਲ ਆਉਂਦੇ?
ਇਹਨਾਂ ਨੇ ਸ਼ਹਿਰ ਦੇ ਵਿੱਚ ਡਿਫਰੈਂਟ ਬਿਜ਼ਨਸ ਹਾਊਸਿਸ ਦੇ ਬਾਰੇ ਰੈਕੀ ਕਰ ਰਹੇ ਸੀ, ਇਹਨਾਂ ਦੇ ਪਹਿਲੇ ਉਹ ਆ ਗਿਆ, ਹਾਂ ਫਸਟ ਟਾਰਗੇਟ ਉਹ ਆ ਗਿਆ। ਕਿਸ ਤਰੀਕੇ ਨਾਲ ਆਇਆ ਹੁਣ ਇਹ ਤਫਤੀਸ਼ ਆਏਗਾ ਕਿ ਉਹਨਾਂ ਨੇ ਉਹਨੂੰ ਹੀ ਕਿਉਂ ਚੁਣਿਆ, ਹੋਰ ਕਿਸੇ ਨੂੰ ਕਿਉਂ ਨਹੀਂ ਪਹਿਲਾਂ ਚੁਣਿਆ। ਨਹੀਂ, ਇਹਨਾਂ ਦੇ ਨਾਲ ਕੋਈ ਅਜਿਹਾ ਲਿੰਕ ਹਾਲੇ ਤੱਕ ਨਹੀਂ ਸਾਹਮਣੇ ਆਇਆ, ਤਫਤੀਸ਼ ਦੇ ਵਿੱਚ ਦੇਖਦੇ ਹਾਂ ਕੀ ਆਉਂਦਾ।